डियर स्टूडेंट्स, अज असी जिहड़ा स्ट्रक्चर मकैनिक दा पहला चैप्टर किया ते सिंपल स्ट्रेस एंड स्ट्रेन उहदे बेस दे उत्ते हुक्स लॉ दे बेस ते किहड़े न्यूमेरिकल्स ने अज उहनां नूं असी डिस्कस करांगे। सब तों पहलां हुक्स लॉ नूं इक वार असी दुबारा रिवाइज कर लैणा। अकॉर्डिंग टू हुक्स लॉ, जदों इलास्टिक रीजन दे विच किसे मटीरियल्स नूं असी स्ट्रेस प्रोड्यूस करदे उत्ते पाउंदे आ तां जिहड़ी स्ट्रेस आ दैट इज डायरेक्टली प्रोपोर्शनल टू स्ट्रेन। इट मीन्स दैट द रेशियो ऑफ स्ट्रेस विद कॉरस्पोंडिंग स्ट्रेन गिव अस अ कॉन्सटेंट, दैट कॉन्सटेंट इज कॉल्ड अ इलास्टिक कॉन्सटेंट। इलास्टिक लिमिट दे विच हुंदा उस कॉन्सटेंट नूं असी कहिंदे आ मॉडुलस ऑफ इलास्टिसिटी जां यंगस मॉडुलस। उहदी वैल्यू असी जे न्यूमेरिकली देखिए मैथमेटिकली स्ट्रेस इज डायरेक्टली प्रोपोर्शनल टू स्ट्रेन, जदों इन द कॉन्सटेंट ऑफ प्रोपोर्शनैलिटी असीं उत्थों हराता इक्वल टू जिहड़ी करते उत्थे असीं जिहड़ा कॉन्सटेंट ऑफ प्रोपोर्शनैलिटी है दैट इज ई यंगस मॉडुलस जिहनूं कहिंदे ने। दे यूनिट सेम ने जो साडे स्ट्रेस दे हुंदे ने। सो स्ट्रेस डिवाइडेड बाय स्ट्रेन पी अपॉन ए डेल्टा एल अपॉन एल, ये साडे कोल इक रिलेशन है जिहड़ा आ जांदा। चेंज इन लेंथ और डिफॉर्मेशन ऑफ अ बॉडी, सपोज अ बार of a length L is subjected to force P kilonewton. ਇੱਕ ਕੋਈ L length ਦਾ ਬਾਰ ਹੈ, P ਲੋਡ ਉਹਦੇ ਤੇ ਲਾਇਆ ਗਿਆ ਤੇ ਇੰਨੀ ਡੈਲਟਾ ਜਿਹੜੀ ਆ ਉਹਦੇ ਵਿੱਚ ਚੇਂਜ ਆਈ ਹੈ ਜਿਹੜੀ ਹੈਗੀ, ਤਾਂ ਅਸੀਂ ਉਸ ਨੂੰ ਅੱਗੇ ਕਿਵੇਂ ਡਿਸਕਸ ਕਰਨਾ ਹੈ। ਸਪੋਜ਼ ਕਰੋ ਆ ਡੈਲਟਾ ਜਿਹੜੀ ਆ ਚੇਂਜ ਆਈ ਹੈ, ਸੋ ਉਹਦਾ ਜਿਹੜਾ ਅਸੀਂ ਜਦੋਂ ਇਹਨੂੰ ਸੋਲਵ ਕਰਦੇ ਹਾਂ ਐਜ਼ ਪਰ ਹੁਕਸ ਲਾ ਚੇਂਜ ਇਨ ਲੈਂਥ ਜਿਹੜੀ ਆ ਪੀ ਐਲ ਪੋਨ ਈ ਏ, ਅਸੀਂ ਜੋ ਪਿਛਲਾ ਫਾਰਮੂਲਾ ਕੀਤਾ ਸੀ ਉੱਥੇ ਹੀ ਆ ਜਾਂਦਾ ਸਾਡੇ ਕੋਲ। ਸੋ ਡੈਲਟਾ ਜਿਹੜਾ ਤੁਹਾਡਾ ਚੇਂਜ ਇਨ ਲੈਂਥ ਦੈਟ ਇਜ਼ ਇਕਵਲ ਟੂ ਪੀ, ਪੀ ਇਜ਼ ਦਾ ਲੋਡ, ਐਲ ਇਜ਼ ਦਾ ਲੈਂਥ, ਈ ਇਜ਼ ਦਾ ਯੰਗਸ ਮੋਡੂਲਸ, ਏ ਇਜ਼ ਦਾ ਏਰੀਆ। ਜਿਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਦੇ ਹਾਂ, ਪੀ ਫੋਰਸ ਅਪਲਾਈਡ, ਏ ਇਜ਼ ਦਾ ਕ੍ਰੋਸ ਸੈਕਸ਼ਨਲ ਏਰੀਆ, ਈ ਮੋਡੂਲਸ ਆਫ ਇਲਾਸਟਿਸਿਟੀ, ਐਲ ਜਿਹੜਾ ਲੈਂਥ ਆਫ ਦੀ ਬਾਰ ਹੈ। ਸੋ ਇਹਨਾਂ ਤੋਂ ਅਸੀਂ ਡੈਲਟਾ ਜਿਹੜਾ ਹੈਗਾ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਯੂਨੀਫਾਰਮਲੀ ਟੇਪਰਡ ਜਿਹੜਾ ਹੈਗਾ ਸਰਕੂਲਰ ਬਾਰ ਹੋਵੇ, ਲੈਟ ਅਸ ਕੰਸੀਡਰ ਆ ਯੂਨੀਫਾਰਮਲੀ ਟੇਪਰਿੰਗ ਸਰਕੂਲਰ ਬਾਰ ਸਬਜੈਕਟਿਵ ਐਕਸ਼ਨ ਲੋਡ ਪੀ। ਜੇ ਆਪਾਂ ਫਿਗਰ ਤੋਂ ਦੇਖੀਏ ਤਾਂ ਸਾਨੂੰ ਕਲੀਅਰ ਹੋ ਜਾਊਗਾ ਕਿ ਇੱਦਾਂ ਜਿਹੜਾ ਸਰਕੂਲਰ ਬਾਰ ਆ ਇਹ ਟੇਪਰ ਜਾ ਰਿਹਾ, ਤਾਂ ਉਸ ਦਾ ਅਸੀਂ ਕਿਵੇਂ ਸੋਲਵ ਕਰਨਾ ਹੈਗਾ, ਉਹਦਾ ਜਿਹੜਾ ਸੋਲੂਸ਼ਨ ਆ ਦੈਟ ਇਜ਼ ਦਿਸ। ਚੇਂਜ ਇਨ ਲੈਂਥ ਜਿਹੜੀ ਆ ਦੈਟ ਇਜ਼ 4 ਪੀ ਐਲ divided by pi e d1 into d2। so ਇਥੋਂ ਅਸੀਂ ਜਿਹੜਾ ਨੂੰ ਕੈਲਕੂਲੇਟ ਕਰ ਸਕਦੇ ਹਾਂ ਚੇਂਜ ਇਨ ਲੈਂਥ ਨੂੰ। let's try an numerical, calculate longitudinal stress developed in 2 cm dia bar undergo tensile force of 120 kN। so 120 kilo circular bar ਹੈ, circular bar ਆ ਜਿਹੜਾ ਉਹਦਾ 2 cm ਜਿਹੜਾ ਹੈਗਾ dia ਉਹਨੂੰ ਅਸੀਂ 20 mm ਕਹਿ ਸਕਦੇ ਹਾਂ। so ਜਦੋਂ ਅਸੀਂ ਡਿਵਨ ਜਿਹੜੀਆਂ ਚੀਜ਼ਾਂ ਨੇ ਡਾਇਆਮੀਟਰ 2 ਸੈਂਟੀਮੀਟਰ ਉਹਨੂੰ ਅਸੀਂ mm ਚ ਕਨਵਰਟ ਕਰ ਲਿਆ 20 mm ਹੋ ਗਿਆ। ਟੈਂਸਾਈਲ ਫੋਰਸ ਪੀ 120 ਕਿਲੋ ਨਿਊਟਨ ਉਹਨੂੰ ਅਸੀਂ ਜਦੋਂ ਕਿਲੋ ਨਿਊਟਨ ਦੇ ਵਿੱਚ ਕਨਵਰਟ ਕਰ ਲਿਆ ਤਾਂ ਸਾਡੇ ਕੋਲ ਆ ਵੈਲਿਊ ਆ ਗਈ। ਸੋ ਪੀ ਸਾਡੇ ਕੋਲ ਇੰਨਾ, ਇਹ ਸਾਨੂੰ ਗਿਵਨ ਦਿੱਤੀਆਂ ਹੋਈਆਂ ਦੋ ਚੀਜ਼ਾਂ। ਹੁਣ ਅਸੀਂ ਇਹਨੂੰ ਸੋਲਿਊਸ਼ਨ ਕਰਨਾ। ਸੋਲਿਊਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਏਰੀਆ ਕੈਲਕੂਲੇਟ ਕਰਾਂਗੇ। ਏਰੀਆ ਸਾਨੂੰ ਪਤਾ ਹੈ ਸਰਕੂਲਰ ਬਾਰ ਦਾ ਪਾਈ ਬਾਈ 4 ਇੰਟੂ ਡੀ ਸਕੇਅਰ ਹੁੰਦਾ। ਦੈਟ ਵੈਲਿਊ ਨੂੰ ਅਸੀਂ ਜਦੋਂ ਕੈਲਕੂਲੇਟ ਕੀਤਾ ਉਹ ਸਾਡੇ ਕੋਲ ਆ ਗਈ 314 mm ਸਕੇਅਰ, 314 mm ਸਕੇਅਰ। ਦੈਨ ਸਟ੍ਰੈਸ, ਸਟ੍ਰੈਸ ਇਜ਼ ਇਕੁਅਲ ਟੂ ਵੀ ਨੋ ਪੀ ਅਪੋਨ ਏ। ਸਟ੍ਰੈਸ ਦੀ ਜਿਹੜੀ ਸਾਡੀ ਡੈਫੀਨੇਸ਼ਨ ਉਹ ਪਹਿਲਾਂ ਅਸੀਂ ਕਰ ਚੁੱਕੇ ਹਾਂ, ਤੇ ਪੀ ਅਪੋਨ ਏ ਹੈ ਉਹਨੂੰ ਜਦੋਂ ਅਸੀਂ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ ਆ ਜਾਂਦਾ 382.16 ਨਿਊਟਨ ਪਰ ਐਮ ਐਮ ਸਕੇਅਰ। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਸੋਲਵ ਕਰ ਲਿਆ। ਇਦਾਂ ਦੇ ਛੋਟੇ ਛੋਟੇ ਕੁਐਸਚਨਸ ਨੇ ਜਿਹੜੇ ਸਾਡੇ ਆਉਣਗੇ, ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਜਿਹਦੇ 'ਚ ਆਪਾਂ ਹੋਰ ਚੀਜ਼ਾਂ ਨੂੰ ਡਿਸਕਸ ਕਰਾਂਗੇ। ਡਿਟਰਮਿਨ ਦਾ ਟੈਂਸਾਈਲ ਫੋਰਸ ਔਨ ਅ ਸਟੀਲ ਬਾਰ ਆਫ ਅ ਸਰਕੂਲਰ ਕ੍ਰੋਸ ਸੈਕਸ਼ਨ, ਇੱਥੇ ਜਿਹੜਾ 25 mm ਡਾਇਆਮੀਟਰ ਦਿੱਤਾ ਹੈ। ਇਫ ਸਟ੍ਰੇਨ ਇਕੁਅਲ ਟੂ ਸਟ੍ਰੇਨ ਦਿੱਤੀ ਹੈ, ਈ ਦਿੱਤਾ, ਤਾਂ ਅਸੀਂ ਕੈਲਕੂਲੇਟ ਕੀ ਕਰਨਾ, ਸਟ੍ਰੈਸ ਕੈਲਕੂਲੇਟ ਕਰਨੀ ਹੈ ਤੇ ਡਿਫੋਰਮੇਸ਼ਨਸ ਕੈਲਕੂਲੇਟ ਕਰਨੀ ਹੈ। ਗਿਵਨ ਡਾਟਾ ਸਾਡੇ ਕੋਲ, ਡਾਇਆਮੀਟਰ ਆਫ ਸਟੀਲ ਬਾਰ 25 mm, ਸਟ੍ਰੇਨ ਉਹ ਵੀ ਦਿੱਤੀ ਹੈ, ਈ ਦੀ ਵੈਲਿਊ ਵੀ ਦਿੱਤੀ ਹੈ। ਫਾਈਂਡ ਕੀ ਕਰਨਾ ਅਸੀਂ, ਅਪਲਾਈਡ ਲੋਡ ਕਿੰਨਾ ਹੈਗਾ ਉਹਨੂੰ ਫਾਈਂਡ ਆਊਟ ਕਰਨਾ। ਸੋਲਿਊਸ਼ਨ ਦੇ ਵਿੱਚ ਉਹੀ ਸਭ ਤੋਂ ਪਹਿਲਾਂ ਅਸੀਂ ਏਰੀਆ ਕੈਲਕੂਲੇਟ ਕਰਾਂਗੇ।
एरिया पाई बाय 4 इंटू 25 इन्ना साडा जो कैलकुलेट किया तो उहदे विच साडे कोल आ गया 490.62 एम एम स्केयर। स्टेप वन टू फाइंड द स्ट्रेस इन द बार, स्ट्रेस जिहड़ी फाइंड आउट करनी है सब तो पहला। स्ट्रेस नूं असीं जाणदे हां कि पी पॉन ए हुंदी है कि साडी इलास्टिक मॉडुलस, सॉरी स्ट्रेस जिहड़ा कदे बराबर हुंदा स्ट्रेस डिवाइडेड बाय स्ट्रेन। सानूं स्ट्रेन भी दित्ती है, इलास्टिक मॉडुलस भी दित्ता, उत्थों असीं स्ट्रेस नूं कैलकुलेट कर लेंगे। सो स्ट्रेस जिहड़ी है ਉਹ ਅਸੀਂ ਇੱਥੋਂ ਕੈਲਕੂਲੇਟ ਕਰ ਲਾਂਗੇ। ਇਹ ਚੀਜ਼ ਅਨਨੋਨ ਆ, ਆ ਦੋਨੋਂ ਸਾਨੂੰ ਨੋਨ ਨੇਗੇ। ਜਿਹੜੀਆਂ ਨੋਨ ਨੇਗੀਆਂ ਉਹ ਫਿਗਰਸ ਕਿਹੜੀਆਂ ਨੇ, ਤੇ ਇੱਕ ਸਾਡੇ ਕੋਲ ਸਟ੍ਰੇਨ ਨੋਨ। ਸੋ ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਨ ਦਾ ਯਤਨ ਕਰਦੇ ਹਾਂ, ਈ ਸਾਡੇ ਕੋਲ ਆ ਗਈ ਸਿਗਮਾ ਪਾਨ ਈ, ਔਰ ਸਟ੍ਰੈਸ ਕਾਹਦੇ ਬਰਾਬਰ ਆ ਕਿ ਦੋਨਾਂ ਨੂੰ ਅਸੀਂ ਮਲਟੀਪਲਾਈ ਕਰਦਾ। ਸੋ ਇੱਥੋਂ ਅਸੀਂ ਜਿਹੜੀ ਆ ਸਟ੍ਰੈਸ ਉਹਨੂੰ ਕੈਲਕੂਲੇਟ ਕਰ ਲਿਆ। ਸਟ੍ਰੈਸ ਕੈਲਕੂਲੇਟਡ ਸਾਡੇ ਕੋਲ ਆ ਗਈ ਹੈ 125 ਨਿਊਟਨ ਪਰ ਐਮ ਐਮ ਸਕੁਅਰ। ਟੂ ਫਾਈਂਡ ਦਾ ਟੈਂਸਾਈਲ ਫੋਰਸ ਇਨ ਦਾ ਬਾਰ, ਹੁਣ ਅਸੀਂ ਇਹਦੀ ਟੈਂਸਾਈਲ ਫੋਰਸ ਕੈਲਕੂਲੇਟ ਕਰਨੀ ਹੈ। ਵੀ ਨੋ ਜਿਹੜੀ ਟੈਂਸਾਈਲ ਫੋਰਸ ਆ ਉਹ ਕਦੇ ਬਰਾਬਰ ਹੈ ਸਟ੍ਰੈਸ ਜਿਹੜੀ ਸਾਡੇ ਕੋਲ ਹੁੰਦੀ ਹੈ, ਦੈਟ ਇਜ਼ ਫੋਰਸ ਡਿਵਾਈਡਡ ਬਾਈ ਏਰੀਆ। ਏਰੀਆ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ, ਸਟ੍ਰੈਸ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ। ਸੋ ਸਾਡੇ ਕੋਲ ਦੋ ਚੀਜ਼ਾਂ ਹੈਗੀਆਂ ਨੇ, ਉੱਥੋਂ ਅਸੀਂ ਕੈਲਕੂਲੇਟ ਕਰ ਲਾਂਗੇ। ਉਹ ਸਾਡੇ ਕੋਲ ਜਿਹੜੀ ਵੈਲਿਊ ਆ ਜਾਂਦੀ ਹੈ ਦੈਟ ਇਜ਼ 73.59 ਕਿਲੋ ਨਿਊਟਨ, ਇਹਨੂੰ ਅਸੀਂ ਇੱਥੋਂ ਕੈਲਕੂਲੇਟ ਕਰ ਲਿਆ। ਲੈਟ ਅਸ ਟ੍ਰਾਈ ਨੈਕਸਟ ਕੁਐਸਚਨ। ਇਹਦੇ ਚ ਅਸੀਂ ਸਰਕੂਲਰ ਜਿਹੜਾ ਗਾ ਕ੍ਰੋਸ ਸੈਕਸ਼ਨ ਏਰੀਆ ਲਿਆ, ਤੇ ਉਹਦੀ 1.5 ਮੀਟਰ ਲੌਂਗ ਲੈਂਥ ਹੈ। ਜਦੋਂ ਅਸੀਂ ਗਿਵਨ ਡਾਟੇ ਦੇ ਵਿੱਚ ਪਹਿਲਾਂ ਆਵਾਂਗੇ ਕੀ ਹੈ ਗਿਵਨ। ਦੇਖੋ ਏਰੀਆ ਆ ਗਿਆ ਸਾਡੇ ਕੋਲ 20x20 ਸਰ, ਕਿਉਂਕਿ ਸਰ ਇਹ ਸਕੇਅਰ ਆ, ਸਰਕੂਲਰ ਨਹੀਂ ਹੈਗਾ। ਐਲ ਸਾਨੂੰ 1.5 ਦਿੱਤਾ, ਪੀ ਦੀ ਵੈਲਿਊ ਦਿੱਤੀ ਹੈ, ਈ ਦੀ ਵੈਲਿਊ ਦਿੱਤੀ ਹੈ। ਸੋ ਹੁਣ ਅਸੀਂ ਕੈਲਕੂਲੇਟ ਕੀ ਕਰਨਾ, ਸਭ ਤੋਂ ਪਹਿਲਾਂ ਸਟ੍ਰੈਸ ਡਿਵੈਲਪਡ ਇਨ ਰੋਡ, ਐਕਚੁਅਲ ਪੁੱਲ ਵਟਾ ਏਰੀਆ। ਸੋ ਸਟ੍ਰੈਸ ਦੀ ਵੈਲਿਊ ਆ ਗਈ ਚੇਂਜ ਇਨ ਲੈਂਥ, ਉਹ ਅਸੀਂ ਇਸ ਫਾਰਮੂਲੇ ਤੋਂ ਕਰ ਲੈਂਦੇ ਹਾਂ, ਡੈਲਟਾ ਐਲ ਪੀ ਐਲ ਪਾਉਨ ਏ ਈ। ਇੱਥੋਂ ਕੈਲਕੂਲੇਟ ਕੀਤਾ ਤਾਂ ਸਾਡੇ ਕੋਲ ਵੈਲਿਊ ਆ ਗਈ। ਸੋ ਜਿਹੜੀ ਸਟ੍ਰੇਨ ਹੈ, ਸਟ੍ਰੇਨ ਸਾਡੇ ਕੋਲ ਹੁੰਦੀ ਹੈ ਚੇਂਜ ਇਨ ਲੈਂਥ ਡਿਵਾਈਡਡ ਬਾਈ ਓਰਿਜਨਲ ਲੈਂਥ। ਸੋ ਸਟ੍ਰੇਨ ਵੀ ਅਸੀਂ ਕੈਲਕੂਲੇਟ ਕਰ ਲਈਏ। ਬੇਸ਼ੱਕ ਉਹ ਕੁਐਸਚਨ ਦੇ ਵਿੱਚ ਨਹੀਂ ਪੁੱਛੀ ਗਈ ਸੀ, ਪਰ ਮੈਂ ਫਿਰ ਵੀ ਇਸ ਨੂੰ ਇੱਥੇ ਕੈਲਕੂਲੇਟ ਕਰਤਾ ਕਿ ਸਟ੍ਰੇਨ ਕਿੰਨੀ ਆਉਣੀ। ਨੈਕਸਟ ਕੁਐਸਚਨ, ਇਨ ਅ ਟੈਂਸ਼ਨ ਟੈਸਟ ਅ ਮੈਟਾਲਿਕ ਰੋਡ ਆਫ ਡਾਇਮੀਟਰ 16 mm ਪ੍ਰੋਡਿਊਸਿਸ ਐਨ ਅਲੋਗੇਸ਼ਨ ਆਫ 48 mm ਵੈਨ ਸਬਜੈਕਟਡ ਟੂ 90 ਕਿਲੋਨਿਊਟਨ ਦੋ ਲੈਂਥ ਆਫ ਦਾ ਬਾਰ ਇਜ 125 mm, ਫਾਈਂਡ ਦਾ ਮੋਡੂਲਸ ਆਫ ਇਲਾਸਟਿਸਿਟੀ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗਿਵਨ ਕੀ ਚੀਜ਼ਾਂ ਨੇ, ਡਾਇਮੀਟਰ ਦਿੱਤਾ, ਡੈਲਟਾ ਐਲ ਚੇਂਜ ਇਨ ਲੈਂਥ ਦਿੱਤੀ ਹੈ ਕਿੰਨੀ ਹੋਈ ਹੈ, ਲੋਡ ਦਿੱਤਾ ਕਿੰਨਾ, ਲੈਂਥ ਦਿੱਤੀ ਹੈ। ਅਸੀਂ ਕੈਲਕੂਲੇਟ ਕੀ ਕਰਨਾ ਹੈ, ਈ ਈ ਦੀ ਵੈਲਿਊ ਕੈਲਕੂਲੇਟ ਕਰਨੀ ਹੈ। ਸੋ ਸਭ ਤੋਂ ਪਹਿਲਾਂ ਉਹੀ ਏਰੀਆ ਕੈਲਕੂਲੇਟ ਕਰਾਂਗੇ ਫਸਟ ਸਟੈਪ ਦੇ ਵਿੱਚ। ਏਰੀਆ ਕੈਲਕੂਲੇਟ ਕਰਨ ਤੋਂ ਬਾਅਦ ਚੇਂਜ ਇਨ ਲੈਂਥ ਕੈਲਕੂਲੇਟ ਕਰਾਂਗੇ। ਸੋ ਈ ਦੀ ਵੈਲਿਊ ਅਸੀਂ ਇੱਥੋਂ ਕੈਲਕੂਲੇਟ ਕਰ ਸਕਦੇ ਹਾਂ, ਯੰਗਸ ਮਾਡੂਲਸ ਦੀ ਵੈਲਿਊ ਇਸ ਫਾਰਮੂਲੇ ਨੂੰ, ਕਿਉਂਕਿ ਸਭ ਇਹਦੇ ਵਿੱਚ ਸਾਡੇ ਕੋਲ ਡੈਲਟਾ ਐਲ ਗਿਵਨ ਦਿੱਤੀ ਹੋਈ ਹੈ, ਪੀ ਗਿਵਨ ਹੈ, ਐਲ ਗਿਵਨ ਹੈ, ਏ ਗਿਵਨ ਹੈ, ਇਹ ਅਸੀਂ ਕੈਲਕੂਲੇਟ ਕਰ ਲਿਆ। ਸੋ ਜਸਟ ਅਨਨੋਨ ਕੀ ਹੈ ਸਾਡੇ ਕੋਲ, ਈ, ਉੱਥੋਂ ਅਸੀਂ ਉਹਨੂੰ ਕੈਲਕੂਲੇਟ ਕਰ ਲੈਂਦੇ, ਉਹਦੀ ਵੈਲਿਊ ਇੰਨੀ ਆ ਗਈ। ਹੁਣ ਕੁਛ ਨਿਊਮੈਰੀਕਲ ਪ੍ਰੋਬਲਮਸ ਨੇ ਜਿਹੜੀਆਂ ਤੁਸੀਂ ਆਪਣੇ ਲੈਵਲ ਤੇ ਸੋਲਵ ਕਰਨੀਆਂ, ਤੇ ਉਹ ਫਿਰ ਮੇਰੇ ਨਾਲ ਡਿਸਕਸ ਕਰਨੀਆਂ। ਮੈਂ ਜਿਹੜਾ ਸਭ ਤੋਂ ਪਹਿਲੀ ਨਿਊਮੈਰੀਕਲ ਪ੍ਰੋਬਲਮ ਹੈ ਕਿ ਸਟੀਲ ਰੋਡ 25 mm ਡਾਇਆ, ਇਹਦੇ ਵਿੱਚ ਦੇਖੋ ਗਿਵਨ ਚੀਜ਼ ਦਿੱਤਾ ਤੁਹਾਨੂੰ, ਡਾਇਆਮੀਟਰ ਦਿੱਤਾ, ਏਰੀਆ ਕੈਲਕੂਲੇਟ ਕਰ ਲਓਗੇ, ਲੈਂਥ ਆਫ ਦਿੱਤੀ ਹੈ, ਐਲ ਦੀ ਵੈਲਿਊ ਦਿੱਤੀ ਹੈ, ਸਾਨੂੰ ਐਕਸ਼ੀਅਲ ਪੁੱਲ ਦਿੱਤਾ, ਫਾਈਂਡ ਅਸੀਂ ਕੀ ਕਰਨਾ, ਸਟ੍ਰੈਸ ਸਭ ਤੋਂ ਪਹਿਲਾਂ ਸਟ੍ਰੈਸ ਕਰਨੀ, ਈ ਦੀ ਵੈਲਿਊ ਵੀ ਦਿੱਤੀ ਹੋਈ ਹੈ, ਫਿਰ ਸਟ੍ਰੇਨ, ਫਿਰ ਇਲੋਂਗੇਸ਼ਨ, ਤਿੰਨੋਂ ਚੀਜ਼ਾਂ ਪਹਿਲਾਂ ਆਪਾਂ ਨਿਊਮੈਰੀਕਲ 'ਚ ਕਰ ਚੁੱਕੇ ਹਾਂ। ਅਗਲਾ ਨਿਊਮੈਰੀਕਲ ਇਹਦੇ ਵਿੱਚ ਦੇਖੋ ਸਾਨੂੰ ਫਲੈਟ ਹੈ, 100 mm ਇੰਟੂ 12 mm, ਮਤਲਬ ਕਿ ਫਲੈਟ ਤੋਂ ਕੀ ਹੈ ਕਿ ਜਸਟ ਸਾਡੀ ਇੱਕ ਸਲੈਬ ਦੀ ਤਰ੍ਹਾਂ, ਉਹਦੇ ਵਿੱਚ ਸਾਨੂੰ ਦੋਨੋਂ ਚੀਜ਼ਾਂ ਦਿੱਤੀਆਂ ਨੇ, ਤੁਸੀਂ ਉੱਥੋਂ ਕੈਲਕੂਲੇਟ ਕਰ ਸਕਦੇ, ਉਹਦਾ ਏਰੀਆ ਕੈਲਕੂਲੇਟ ਕਰ ਸਕਦੇ ਹੋ 100x12 ਲਾ ਕੇ, ਫਿਰ 5 ਮੀਟਰ ਲੌਂਗ ਸਾਨੂੰ ਲੈਂਥ ਦਿੱਤੀ ਹੈ, ਉਹੀ ਪਹਿਲਾਂ ਵਾਂਗ 20 ਕਿਲੋ ਨਿਊਟਨ ਤਾਂ, ਫਿਰ ਅਸੀਂ ਸਟ੍ਰੈਸ ਸਟ੍ਰੇਨ ਅਤੇ ਚੇਂਜ ਇਨ ਲੈਂਥ ਜਿਹੜੀ ਹੈ ਕੈਲਕੂਲੇਟ ਕਰਨੀ। ਨੈਕਸਟ ਜਿਹੜਾ ਹੈਗਾ ਕਿ ਅਸੀਂ ਕੋਈ ਸਾਨੂੰ ਵਾਇਰ ਦਿੱਤੀ ਹੈ 4 mm ਇਨ ਡਾਇਆ, 4 ਮੀਟਰ ਲੌਂਗ ਆ, ਉਸ ਦੇ ਵਿੱਚ ਜਿਹੜੀ ਹੈਗੀ ਇੰਨਾ ਜਿਹੜਾ ਪੁੱਲ ਲੱਗਿਆ ਹੋਇਆ, ਸਟ੍ਰੈਸਡ ਬਾਏ 3 mm ਅੰਡਰ ਦਾ ਐਕਸ਼ੀਅਲ ਪੁੱਲ, ਆ ਚੇਂਜਿਸ ਇਨ ਲੈਂਥ ਵੀ ਆ ਗਈ ਹੈ। ਸੋ ਸਟ੍ਰੈਸ ਸਟ੍ਰੇਨ ਇੰਡਿਊਸਡ ਅਸੀਂ ਉਹਦੇ ਵਿੱਚ ਪਤਾ ਕਰਨਾ, ਆਲਸੋ ਫਾਈਂਡ ਦਾ ਮੋਡੂਲਸ ਆਫ ਇਲਾਸਟਿਸਿਟੀ। ਸਿਮਿਲਰਲੀ ਨੈਕਸਟ ਕੁਐਸਚਨ,
ਇਹਦੇ ਵਿੱਚ ਵੀ ਸਾਨੂੰ ਜਿਹੜੀਆਂ ਚੀਜ਼ਾਂ ਗਿਵਨ ਨੇ ਲੋਡ ਗਿਵਨ ਦਿੱਤਾ ਹੋਇਆ ਫਾਈਂਡ ਦਾ ਮਿਨੀਮਮ ਡਾਇਆਮੀਟਰ ਆਫ ਸਟੀਲ ਕੇਬਲ ਇਫ ਦਾ ਸਟ੍ਰੈਸ ਇਜ਼ ਨਾਟ ਐਕਸੀਡ ਇੱਥੇ ਸਟ੍ਰੈਸ ਦਿੱਤੀ ਹੈ ਲੋਡ ਦਿੱਤਾ ਹੈ ਉੱਥੋਂ ਸਾਡੇ ਕੋਲ ਏਰੀਆ ਆ ਜਾਊਗਾ ਏਰੀਆ ਆਉਣ ਤੋਂ ਬਾਅਦ ਅਸੀਂ ਜਿਹੜਾ ਬਾਕੀ ਚੀਜ਼ਾਂ ਕੈਲਕੂਲੇਟ ਕਰ ਸਕਦੇ ਹਾਂ ਸੋ ਥੈਂਕਸ ਅ ਲੋਟ ਸਟੂਡੈਂਟਸ ਅੱਜ ਦਾ ਜਿਹੜਾ ਸੀਗਾ ਸਿਰਫ ਸਾਡਾ ਇੰਨਾ ਹੀ ਸੀਗਾ ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਹੋਰ ਨਿਊਮੈਰੀਕਲਸ ਕਰਾਂਗੇ